ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਦੀ ਵੀਡੀਓ ਤੇ ਸਾਰਿਆਂ ਦਾ ਵੀਰ ਜੀ ਅੱਜ ਆਪਾਂ ਤੁਹਾਡੇ ਲਈ 14 ਫੁੱਟਾ ਟਰੇਲਰ ਲੈ ਕੇ ਆਏ ਹਾਂ ਜੀ ਡਬਲ ਜੈਕ ਦੇ ਵਿੱਚ ਰੈਡੀ ਹੋਇਆ ਹੈ ਜੀ ਬਹੁਤ ਸੋਹਣੀ ਲੁੱਕ ਦੇ ਵਿੱਚ ਰੈਡੀ ਹੋਇਆ ਵੀਰ ਜੀ 14 ਫੁੱਟ ਸਾਈਜ਼ ਹੈ ਜੀ 7 ਫੁੱਟ ਚੌੜਾ ਹੈ ਬਾਡੀ ਹੈ ਵੀਰ ਜੀ ਸਵਾ ਦੋ ਫੁੱਟ ਵਿਡ ਹੈ ਜੀ ਉੱਤੇ 3 ਫੁੱਟ ਦਾ ਵਿਡ ਸਾਰਾ ਪਲਾਜਾ ਕਟਿੰਗ ਹੈ ਜੀ ਫੈਂਸੀ ਟਰਾਲਾ ਹੈ ਜੀ ਕਲਰ ਹੈ ਜੀ ਐਮਡਬਲ ਰਾਇਲ ਬਲੂ ਆ ਬਾਈਟ ਕਲਰ ਦੇ ਵਿੱਚ 11 ਫੁੱਟਾ ਟਰਾਲਾ ਖੜਾ ਹੈ ਜੀ ਇਹਦਾ ਰਿਵਿਊ ਆਪਾਂ ਨੇ ਕਰਾਤਾ ਵੀਰ ਜੀ ਵੀਡੀਓ ਦੇ ਵਿੱਚ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ YouTube ਚੈਨਲ ਤੇ ਆਪਣੇ ਤੇ ਅਪਡੇਟ ਹੈ ਜੀ ਵੀਡੀਓ ਆ ਸਾਹਮਣੇ 12 ਫੁੱਟਾ ਖੜਾ ਹੈ ਜੀ ਇਹਦੇ ਬਾਰੇ ਵੀ ਤੁਹਾਨੂੰ ਦੱਸਤਾ ਕੀ ਕੀ ਮਾਲ ਆਇਆ ਹੈ ਇਹਦੀ ਵੀ ਵੀਡੀਓ ਆਪਾਂ ਨੇ ਅਪਡੇਟ ਕਰ ਰੱਖੀ ਹੈ YouTube ਚੈਨਲ ਤੇ ਆਪਣੇ ਜਾ ਕੇ ਚੈੱਕ ਕਰ ਸਕਦੇ ਹੋ ਜੀ ਅੱਜ ਵੀਰ ਜੀ ਆ 14 ਫੁੱਟੇ ਟਰਾਲੇ ਦੇ ਬਾਰੇ ਤੁਹਾਨੂੰ ਦੱਸਾਂਗੇ ਜੀ ਨਵਾਂ ਅੱਜ ਹੀ ਰੈਡੀ ਹੋਇਆ ਹੈ ਜੀ ਕਲਰ ਹੈ ਜੀ ਰॉयਲ ਬਲੂ ਬਿੱਡ 3 ਫੁੱਟ ਦਾ ਹੈ ਜੀ ਬਾਡੀ ਸਵਾ 2 ਫੁੱਟ ਹੈ ਜੀ ਹੈਵੀ ਟਰਲ ਹੈ ਜੀ ਵਜ਼ਨ ਹੈ ਜੀ 26 ਕੁਮੰਟਲ ਪਲੱਸ ਰੇਟ ਹੈ ਵੀਰ ਜੀ 2 ਲੱਖ 30000 ਰੁਪਏ ਡਬਲ ਜੈਕ ਦੇ ਵਿੱਚ ਟਰੈਲਰ ਹੈ ਜੀ ਚੈੱਕ ਕਰਾਉਂਦੇ ਆ ਤੁਹਾਨੂੰ ਜੈਕ 15 15 ਟਨ ਵਾਲੇ ਨੇ ਵੀਰ ਜੀ 2 2 ਸਾਲ ਦੀ ਗਾਰੰਟੀ ਦੇ ਵਿੱਚ ਨੇ ਜੀ ਟਾਇਰ 25 30 ਪੈਸੇ ਨੇ ਜੀ ਬੇਦਾਗ 10 ਇੰਚੀ ਚਾਸੀ ਹੈ ਜੀ ਟਰਾਲੇ ਨੂੰ ਐਮਸੀ ਕੰਪਨੀ ਦੀ オリジナル ਚਾਰ ਦੂ ਦੇ ਬੱਤੇ ਨੇ ਵੀਰ ਜੀ ਸਾਰਾ ਲੋਹਾ ਆਈਐਸਆਈ ਮਾਰ ਕੇ ਲੱਗਿਆ ਹੋਇਆ ਹੈ ਜੀ ਸਾਰੇ ਟਰਾਲੇ ਦਾ ਰਿਵਿਊ ਕਰਾਵਾਂਗੇ ਤੁਹਾਨੂੰ ਵੀਰ ਜੀ ਇੱਕ ਵਾਰ ਲੁੱਕ ਚੈੱਕ ਕਰ ਲਓ ਜੀ ਸਾਰੇ ਟਰਾਲੇ ਦੀ ਚਾਰੋਂ ਸਾਈਡਾਂ ਦੇ ਟਾਇਰ ਵੀਰ ਜੀ ਤੁਸੀਂ ਆਪਣੀ ਸਮਨ ਦੇ ਪਵਾ ਸਕਦੇ ਹੋ ਜੀ ਟਾਇਰ ਆਪਣੇ ਕੋਲ 100 150 ਟਾਇਰ ਪਿਆ ਹੁੰਦਾ ਹੈ ਜੀ ਦੇਖ ਸਕਦੇ ਹੋ ਸਾਹਮਣੇ ਤੁਸੀਂ ਜਿੱਦਾਂ ਦੇ ਮਰਜ਼ੀ ਟਾਇਰ ਤੁਸੀਂ ਪਵਾ ਸਕਦੇ ਹੋ ਜੀ ਪੂਰਾ ਮੋਡੀਫਾਈਡ ਟਰਾਲਾ ਹੈ ਵੀਰ ਜੀ। ਡਾਲਾ ਦੁਫਾੜਾ ਹੈ ਜੀ ਪਿੱਛੋਂ। ਮੋਡੀਫਾਈਡ ਦਾ ਸਾਰਾ ਸਮਾਨ ਲੱਗਿਆ ਹੋਇਆ ਹੈ ਜੀ ਟਰਾਲੇ ਨੂੰ ਤੁਹਾਨੂੰ ਦਿਖਾਵਾਂਗੇ ਵੀ। ਮੱਛੀ ਹੁੱਕ ਦੇ ਵਿੱਚ ਹੈ ਜੀ। ਬਿੱਡ ਪਲਾਜਾ ਕਟਿੰਗ ਹੈ ਵੀਰ ਜੀ। ਵੀਡੀਓ ਐਂਡ ਤੱਕ ਦੇਖਿਆ ਕਰੋ ਵੀਰ ਜੀ ਵੀਡੀਓ ਦੇ ਵਿੱਚ ਆਪਾਂ ਸਭ ਚੀਜ਼ ਦੱਸਦੇ ਹਾਂ ਜੀ ਟਰਾਲੇ ਦਾ ਰੇਟ ਤੇ ਵੇਟ ਮਾਲ ਵੀ ਦਿਖਾਉਂਦੇ ਹਾਂ ਕੀ ਕੀ ਲਾਇਆ ਹੋਇਆ ਸਾਰਾ ਮਾਲ ਹੈਵੀ ਲਾਇਆ ਹੋਇਆ ਹੈ ਜੀ। ਹੁਣ ਦੋਨੋਂ ਰਿਵਿਊ ਕਰਾਂਦੇ ਆਂ ਵੀਰ ਜੀ ਟਰਾਲੀ ਦਾ ਆਹ ਜਿਹੜੀ ਟਰੈਕਟਰ ਨੂੰ ਪੈਂਦੀ ਹੈ ਵੀਰ ਜੀ ਹੁੱਕ ਹੈ ਜੀ 3 ਇੰਚੀ ਮੋਟੀ ਹੁੱਕ ਹੈ ਜੀ ਜੈਕ ਵਾਲਾ ਪੈ ਵੀਰ ਜੀ ਸਾਰਾ ਅੰਡਰਗ੍ਰਾਊਂਡ ਪੈ ਰਿਹਾ ਹੈ ਜੀ ਪਾਈਪ ਵੀਰ ਜੀ ਲੋਕਲ ਪਾਈਪ ਨਹੀਂ ਹੈਗੇ ਜੀ ਆਹ ਜੈਕ ਵਾਲੇ オリジナル ਕੀਟ ਆਂਦੀ ਹੈ ਜੀ ਜੈਕ ਦੇ ਨਾਲ オリジナル ਪਾਈਪ ਨੇ ਜੀ ਮੱਛੀ ਹੁੱਕ ਹੈ ਜੀ ਟਰਾਲਾ ਹੁੱਕ ਮੱਛੀ ਆਪਾਂ ਨੇ ਵੱਧ ਤੋਂ ਵੱਧ ਲੰਬੀ ਕੀਤੀ ਹੋਈ ਹੈ ਜੀ ਟਰੈਕਟਰ ਦੇ ਟਾਇਰਾਂ ਦੇ ਵਿੱਚ ਨਾ ਫਸੇ ਵੀਰ ਜੀ ਫੁੱਲ ਗਾਰੰਟੀ ਹੈ ਜੀ ਆਪਣੀ ਟਰੈਕਟਰ ਜਿਵੇਂ ਮਰਜ਼ੀ ਘੁਮਾ ਕੇ ਦੇਖੋ ਤੁਸੀਂ ਸਟੈਂਡ ਹੈਵੀ ਹੈ ਜੀ ਟਰਾਲੀ ਨੂੰ ਲੋਡ ਦੇ ਵਿੱਚ ਖੜਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਆਉੜੀ ਲੱਗੀ ਹੋਈ ਹੈ ਜੀ ਟਰਾਲੀ ਦੇ ਉੱਤੇ ਚੜਨ ਨੂੰ ਆ ਮਿੱਡੀ ਲੱਗੀ ਹੋਈ ਹੈ ਜੀ 4 ਇੰਚੀ ਚੈਨਲ ਦੀ ਆ ਸਾਰੇ ਸਟicker ਨੇ ਵੀਰ ਜੀ A to Z ਆਪਣੇ ਟਰਾਲੇ ਨੂੰ ਕੋਈ ਵੀ ਹੱਥ ਨਾਲ ਲਿਖਾਈ ਕੀਤੀ ਹੋਈ ਨਹੀਂ ਹੈਗੀ ਜੀ A to Z ਸਾਰੇ ਸਟicker ਨੇ ਜੀ ਅਬ ਦੇਖ ਸਕਦੇ ਹਾਂ ਵੀਰ ਜੀ ਮਿੱਡੀ ਦੇ ਲਿਖਿਆ ਹੈ ਜੀ ਚੜਤਾਂ ਨੂੰ ਦੇਖ ਕਦੇ ਮਾੜਾ ਨਹੀਂ ਉਹ ਕੀਤਾ ਚੜਦਿਆਂ ਨੂੰ ਦੇਖ ਕਦੇ ਮਾੜਾ ਨਹੀਂ ਉਹ ਕੀਤਾ ਕੀਤੀ ਮਿਹਨਤ ਨੂੰ ਸਦਾ ਹੀ ਸਲਾਮ ਲੁੱਕ ਚੈੱਕ ਕਰ ਸਕਦੇ ਹਾਂ ਵੀਰ ਜੀ ਟਰਾਲੇ ਦੀ ਜੈਕ ਵਾਲੇ ਲੋਕ ਨੇ ਜੀ ਜੈਕ ਵਾਲੇ ਲੋਕ ਵੀ ਦੋਨੋਂ ਸਾਈਡਾਂ ਦੇ ਲੱਗੇ ਹੋਏ ਨੇ ਜੀ ਦੋ ਲੋਕ ਨੇ ਰੋਡ ਤੇ ਜਾਂਦੀ ਟਰਾਲੀ ਉੱਤੇ ਨੀਚੇ ਨਾ ਹੋਵੇ ਜੀ ਰੇਲਾਂ ਵੱਡੇ ਕਰਕੇ ਲਈ ਹੋਈਆਂ ਨੇ ਵੀਰ ਜੀ ਰੱਸਾ ਖਿੱਚਣ ਵਾਲੀਆਂ ਨੇ ਦੋਨੋਂ ਸਾਈਡਾਂ ਤੇ ਰੀਲਾਂ ਨੇ ਜੀ ਚੈੱਕ ਕਰ ਸਕਦੇ ਹਾਂ ਆਹ ਹੁੱਕ ਹੈ ਜੀ ਕਿਤੇ ਟਰਾਲੀ ਫਾਜੇ ਦੂਜਾ ਡਰੈਕਟਰ ਪਾ ਕੇ ਸਾਈਡ ਤੋਂ ਖਿੱਚ ਸਕਦੇ ਹਾਂ ਜੀ ਟੋਚਨ ਹੁੱਕ ਵੀ ਕਹਿੰਦੇ ਆ ਇਹਨੂੰ ਟੋਚਨ ਹੁੱਕਾਂ ਵੀ ਦੋਨੋਂ ਸਾਈਡਾਂ ਤੇ ਨੇ ਜੀ 10 ਗੇਜ ਚਾਦਰ ਹੈ ਜੀ ਸਾਈਡ ਵਾਲੀ ਵੀਰ ਜੀ ਫੁੱਲ ਹੈਵੀ ਬਿਲਡਿੰਗ ਦੀ ਸਫਾਈ ਚੈੱਕ ਕਰ ਲੋ ਜੀ ਬਿਲਡਿੰਗ ਲੀਡਾਂ sire ਤੋਂ sire ਤੱਕ ਭਰੀ ਹੋਈਆਂ ਨੇ ਵੀਰ ਜੀ ਫੁੱਲ ਗ੍ਰਾਈਂਡਰ ਵੱਜਿਆ ਵਾ ਜੀ ਟਰਾਲੀ ਨੂੰ ਤੇ ਪੱਟੀ ਭਰ ਕੇ ਰੰਗ ਰਿਹਾ ਜੀ ਰੰਗ ਵੀ ਆਪਣਾ ਕੰਪਿਊਟਰ ਵਾਲਾ ਹੁੰਦਾ ਜੀ ਐਸਪਾ ਕੰਪਨੀ ਦਾ オリジナル ਐਂਗਲ ਹੈ ਜੀ ਦੋ ਸੂਤ 2 ਇੰਚ ਮੋਟੀ 55 ਦੀ ਵੀਰ ਜੀ ਸਾਰਾ ਮਾਲ ਹੈਵੀ ਲਾਇਆ ਜੀ ਬਿੱਡ ਹੈ ਜੀ ਬਿੱਡ ਦੇ ਵਿੱਚ ਪੈਪ ਨੇ ਜੀ ਕੰਪਿਊਟਰ ਕਟਿੰਗ ਤੇ ਜਿਸਤੀ ਜਾਲੀ ਲੱਗੀ ਹੋਈ ਹੈ ਜੀ ਝੰੰਬੇ ਵਾਲੀ ਜਾਲੀ ਵੀ ਕਹਿੰਦੇ ਐ ਇਹਨੂੰ ਸਟੀਲੀ ਜਾਲੀ ਵੀ ਕਹਿੰਦੇ ਆ ਜੀ ਜਿਸਤੀ ਜਾਲੀ ਹੁੰਦੀ ਹੈ ਵੀਰ ਜੀ ਆ ਮੁੱਛ ਲੱਗੀ ਹੋਈ ਹੈ ਜੀ ਬਿੱਡ ਦੇ ਮੁੱਛ ਤੇ ਲਿਖਿਆ ਹੋਇਆ ਸਰਦਾਰੀ ਹੁਣ ਸਾਈਡ ਤੋਂ ਦਿਖਾਉਂਦੇ ਆ ਸਾਨੂੰ ਟਰਾਲਾ ਆ ਸਾਈਡ ਵਾਲਾ ਡੱਲਾ ਹੈ ਵੀਰ ਜੀ ਆ ਅਬ ਦੇਖ ਸਕਦੇ ਹੋ ਜੀ ਸਾਈਡ ਵਾਲਾ ਡੱਲ ਹੈ ਜੀ ਸਾਈਡ ਵਾਲੇ ਡੱਲੇ ਤੇ ਬਾਜ ਦੀ ਫੋਟੋ ਲੱਗੀ ਹੋਈ ਆ ਵੀਰ ਜੀ ਦੇਖ ਸਕਦੇ ਹੋ ਮੈਟ ਵਾਲੀ ਹੁੰਦੀ ਆ ਵੀਰ ਜੀ ਆ ਆਰਮ ਸਟicker ਨਹੀਂ ਹੁੰਦਾ ਆਪਾਂ ਸਾਰੀ ਵੀਡੀਓ ਦੇ ਵਿੱਚ ਦੱਸਦੇ ਆ ਤੁਹਾਨੂੰ ਉੱਤੇ ਪੈਪ ਵੀ ਪਾਇਆ ਹੋਇਆ ਜੀ ਟਰਾਲੀ ਦਾ ਅੱਜ ਕੱਲ ਵੀਰ ਜੀ ਪੈਪ ਦਾ ਹੀ ਟ੍ਰੈਂਡ ਚੱਲ ਰਿਹਾ ਐਂਗਲ ਕੋਈ ਬਵੰਦਾ ਨਹੀਂ ਜੀ ਬੈਲਡਿੰਗ ਦੀ ਸਫਾਈ ਤੁਹਾਨੂੰ ਪਹਿਲਾਂ ਵੀ ਚੈੱਕ ਕਰਾਈਆ ਵੀਰ ਜੀ ਕੱਲੀ ਕੱਲੀ ਐਂਗਲ ਦੇ ਤੁਹਾਨੂੰ ਬੈਲਡਿੰਗ ਦੀ ਸਫਾਈ ਚੈੱਕ ਕਰਾਉਂਦੇ ਆ ਜੀ ਚੈੱਕ ਕਰ ਸਕਦੇ ਹੋ ਵੀਰ ਜੀ ਫੁੱਲ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਟਰਾਲੇ ਨੂੰ 14 ਫੁੱਟਾ ਟਰਾਲਾ ਹੈ ਜੀ 7 ਫੁੱਟ ਚੌੜਾ ਹੈ ਬਾਡੀ ਸਵਾ 2 ਫੁੱਟ ਹੈ ਜੀ ਬਿੱਡ 3 ਫੁੱਟ ਹੈ ਵਜਨ ਹੈ ਵੀਰ ਜੀ 26 ਗੰਡਲ ਪਲੱਸ ਰੇਟ ਹੈ ਜੀ 2 ਲੱਖ 30000 ਰੁਪਏ 2 ਲੱਖ 30000 ਰੁਪਏ ਜੀ 14 ਵੀਰ ਜੀ 14 ਫੁੱਟੇ ਟਰਾਲੇ ਨੂੰ 16 ਇੰਗਲਾਂ ਨੇ ਜੀ 16 ਹੀ ਥੱਲੇ ਬੱਤੇ ਨੇ ਵੀਰ ਜੀ ਆ ਦੇਖੋ ਜੀ ਐਮਸੀ ਕੰਪਨੀ ਦੀ オリジナル ਚਾਸੀ ਹੈ ਜੀ 10 3 ਦੀ 4 2 ਦੇ ਬੱਤੇ ਨੇ ਜੀ ਡਬਲ ਜੈਕ ਹੈ ਜੀ 15 15 ਟਨ ਵਾਲੀ 2 ਸਾਲ ਦੀ ਗਾਰੰਟੀ ਦੇ ਵਿੱਚ ਟਾਇਰ 25 30 ਪੈਸੇ ਨੇ ਜੀ ਬੇਦਾਗ ਟਾਇਰ ਵੀਰ ਜੀ ਆਹ ਟਾਇਰ ਨਾ ਸਮਝਦੇ ਵਿੱਚ ਆਣ ਜੀ ਤੁਹਾਡੇ ਤੁਸੀਂ ਦੂਜੇ ਵੀ ਚੇਂਜ ਕਰਾ ਸਕਦੇ ਹੋ ਆਪਣੇ ਕੋਲ ਟਾਇਰ ਵਾਧੂ ਪਏ ਹੁੰਦੇ ਆ ਜੀ ਦੇਖ ਸਕਦੇ ਹੋ ਆਹ ਚਾਰ ਚਾਰ ਸਪੋਰਟਾਂ ਲਾਈ ਹੋਈਆਂ ਨੇ ਜੀ 4 ਇੰਚੀ ਚੈਨਰ ਦੀਆਂ ਪਹਿਲੀ ਸਪੋਰਟ ਆ ਰਹੀ ਵੀਰ ਜੀ ਦੂਜੀ ਸਪੋਰਟ ਆ ਰਹੀ ਜੀ ਤੀਜੀ ਆ ਰਹੀ ਜੀ ਚੌਥੀ ਲਾਸ਼ ਦੇ ਵਿੱਚ ਹੈ ਵੀਰ ਜੀ ਦੋਨੋਂ ਸਾਈਡਾਂ ਦੇ ਚਾਰ-ਚਾਰ ਸਪੋਟਾਂ ਲਾਈ ਹੋਈਆਂ ਨੇ ਜੀ ਬਾਜ਼ ਦੀ ਫੋਟੋ ਹੈ ਜੀ ਸਾਈਡ ਵਾਲੇ ਡਾਲੇ ਦੇ نیچے ਟੂਲ ਬਾਕਸ ਹੈ ਜੀ ਬਿਸਤਰੇ ਪਾਉਣ ਨੂੰ ਹੋਰ ਸਮਾਨ ਵੀ ਰੈਜੈਸਟ ਕਰ ਸਕਦੇ ਹਾਂ ਵੱਡਾ ਕਰਕੇ ਟੂਲ ਬਾਕਸ ਲਾਇਆ ਹੋਇਆ ਹੈ ਜੀ ਆ ਲਿਖਿਆ ਜੀ ਟੂਲ ਬਾਕਸ ਦੇ ਉੱਤੇ ਸੀ ਇੱਕ ਰੀਜ ਪੁਰਾਣੀ ਮਿੱਤਰਾਂ ਦੀ نیچے ਪਲੇਨ ਸਰੀਏ ਪਏ ਹੋਏ ਨੇ ਵੀਰ ਜੀ ਪੇਂਟ ਦੀ ਕੁਆਲਿਟੀ ਬਿਲਕੁਲ ਸ਼ਾਈਨਿੰਗ ਫੁੱਲ ਮਿਲੂਗੀ ਪੇਂਟ ਦੇ ਵਿੱਚ ਤੁਹਾਨੂੰ origignal ਪੇਂਟ ਹੁੰਦਾ ਵੀਰ ਜੀ ਕੋਈ ਲੋਕਲ ਪੇਂਟ ਨਹੀਂ ਹੁੰਦਾ ਹੈ ਜੀ ਆ ਪੱਤੀ ਲਾਈ ਹੋਈ ਹੈ ਜੀ ਉੱਤੇ ਪਾਇਪ ਦੇ ਜਾਲੀ ਦੇ ਸਗਰੂ ਖਿੱਚਣ ਦੇ ਕੰਮ ਆਂਦੀ ਹੈ ਜੀ ਆ ਪੱਤੀ ਹੱਬ ਦਿਖਾਉਂਦੇ ਆ ਵੀਰ ਜੀ 10 ਨੱਟੀ ਹੱਬ ਹੈ ਜੀ 10 ਗੁੱਲੀਆਂ ਵਾਲੀ ਵੀਰ ਜੀ ਟਾਟਾ ਗੱਡੀ ਦੀ ਨਵੀਂ ਹੱਬ ਹੁੰਦੀ ਆ ਬਿਲਕੁਲ ਨਿਊ ਹੱਬ 4-5 ਸਾਲ ਕੋਈ ਗਰੀਸ ਕਰਨ ਦੀ ਲੋੜ ਨਹੀਂ ਹੈਗੀ ਜੀ origignal ਗਰੀਸ ਹੁੰਦੀ ਹੈ ਇਸੇ ਦੇ ਵਿੱਚ ਆਪਣੀ ਫੁੱਲ ਗਾਰੰਟੀ ਹੈ ਵੀਰ ਜੀ ਚੈੱਕ ਵੀ ਕਰਾ ਦਾਂਗੇ ਤੁਹਾਨੂੰ ਖੋਲ ਕੇ ਟੱਕਣ ਇਹ ਸੈਜੀ ਕਿਸਾਨ ਕੰਪਨੀ ਦਾ オリジナル 110mm ਚੈੱਕ ਕਰ ਸਕਦੇ ਹਾਂ ਵੀਰ ਜੀ ਫੁੱਲ ਗਰੰਟੀ ਹੈ ਜੀ ਆਪਣੀ ਹਿੱਸੇ ਦੀ ਹਿੱਸਾ ਵੀ ਆਪਣਾ ਵੀਰ ਜੀ ਲੋਕਲ ਨਹੀਂ ਹੈਗਾ ਜੀ 22000 ਰੁਪਏ ਦਾ ਹਿੱਸਾ ਹਿੱਸਾ ਹੈ ਜੀ ਆ ਡਾਲੇ ਵਾਲਾ ਕਲਚ ਲੋਕ ਹੈ ਜੀ ਡਾਲਾ ਡਾਲਾ ਦਫਾੜਾ ਵੀਰ ਜੀ ਚੈੱਕ ਕਰ ਸਕਦੇ ਹਾਂ ਜੀ ਬਹੁਤ ਸੋਹਣੀ ਲੁੱਕ ਦੇ ਵਿੱਚ ਚੈੱਕ ਕਰ ਸਕਦੇ ਹਾਂ ਵੀਰੇ ਡਾਲੇ ਦੇ ਕਵਰ ਬਣਾ ਕੇ ਲਾਏ ਹੋਏ ਹੈ ਜੀ ਡਾਲਾ ਦੇਖ ਸਕਦੇ ਹੋ ਵੀਰ ਜੀ ਦੋਨੋਂ ਸਾਈਡਾਂ ਦੇ ਡਾਲਾ ਖੁੱਲ ਜੂਗਾ ਜੀ ਦੋਨੋਂ ਸਾਈਡਾਂ ਦੇ ਕਲਚ ਲੋਕ ਦਿੱਤੇ ਹੋਏ ਆਪਾਂ ਨੇ ਤੁਹਾਨੂੰ ਕਲਚ ਲੋਕ ਦੇ ਵਿੱਚ ਲਾ ਕੇ ਵੀ ਦਿਖਾਉਂਦੇ ਆਂ ਡਾਲਾ ਆਹ ਦੇਖ ਸਕਦੇ ਹੋ ਵੀਰ ਜੀ ਪੂਰਾ ਫਿੱਟ ਹੋ ਗਿਆ ਜੀ ਡਾਲਾ ਹੁਣ ਰੋਡ ਜਿੰਨੀ ਮਰਜ਼ੀ ਦੂਰ ਟਰਾਲੀ ਲੈ ਜਾਓ ਜੀ ਡਾਲਾ ਹਿੱਲੂਗਾ ਨੀਂਨਾ ਤੁਸੀਂ ਕਲਚ ਨਹੀਂ ਦਬੋਂਗੇ ਚੈੱਕ ਕਰ ਸਕਦੇ ਹੋ ਜੀ ਜਦੋਂ ਵੀਰ ਜੀ ਕਲਚ ਪੈਰ ਨਾਲ ਦਬੋਂਗੇ ਜੀ ਤਾਂ ਹੀ ਡਾਲਾ ਖੁੱਲੂਗਾ ਜੀ ਖੁੱਲ ਗਿਆ ਹੁਣ ਡਾਲਾ ਹੁਣ ਤੁਹਾਨੂੰ ਵਿੱਚੋਂ ਟਰਾਲੀ ਦੀ ਕੰਡੀਸ਼ਨ ਦਿਖਾਉਂਦੇ ਆਂ ਜੀ ਫਰਸ਼ ਜਹਾਜ਼ ਵਾਲਾ ਹੈ ਵੀਰ ਜੀ 6 ਐਮ ਐਮ ਮੋਟਾ ਹੈ ਜੀ ਮੋਟਾਈ ਵੀ ਚੈੱਕ ਕਰ ਲਓ ਸਮੁੰਦਰੀ ਜਹਾਜ਼ ਦਾ ਫਰਸ਼ ਹੁੰਦਾ ਹੈ ਜੀ ਸੀਪਾ ਵਾਲਾ ਫਰਸ਼ ਵੀ ਕਹਿੰਦੇ ਆ ਇਹਨੂੰ ਵੀਰ ਜੀ 2-4 ਗੇੜੇ ਲੱਗਣ ਤੋਂ ਬਾਅਦ ਪੂਰਾ ਏਵੇਂ ਦਾ ਫਰਸ਼ ਨਿਕਲ ਜਾਊਗਾ ਜੀ ਦੁੱਧ ਵਰਗਾ ਚਿੱਟਾ ਦੁ ਸੈੱਡ ਵਾਲੀ ਚਾਦਰ ਹੈ ਜੀ 10 ਗੇਜ 4 ਐਮ ਐਮ ਵੀ ਕਹਿ ਦਿੰਦੇ ਆ ਵੀਰ ਜੀ ਬਾਡੀ ਸਵਾ 2 ਫੁੱਟ ਹੈ ਜੀ ਬਿਡ ਉੱਤੇ 3 ਫੁੱਟ ਦਾ ਹੈ ਵੀਰ ਜੀ ਬਿਡ ਦੇ ਅੰਦਰ ਜਿਸ਼ਤੀ ਜਾਲੀ ਲੱਗੀ ਹੋਈ ਹੈ ਜੀ ਪੈਪ ਵੀ ਪਏ ਹੋਏ ਨੇ ਉਹ ਡੱਲਾ ਲਾਉਂਦੇ ਆਂ ਵੀਰ ਜੀ। ਡੱਲਾ ਲੱਗ ਗਿਆ ਵੀਰ ਜੀ। ਨੀਚੇ ਹੁੱਕ ਹੈ ਜੀ। ਪਿੱਛੇ ਟਰਾਲੀ ਪਾਉਣ ਨੂੰ ਹੈਵੀ ਹੁੱਕ ਹੈ ਵੀਰ ਜੀ। ਆ ਨੀਚੇ ਬੰਪਰ ਹੈ ਜੀ। ਟਰਾਲੀ ਦੀ ਟੋਰਲੀ। ਸਾਰਾ ਮਾਲ ਵੀਰ ਜੀ ਹੈਵੀ ਲੱਗਿਆ ਹੋਇਆ ਹੈ ਜੀ 50-5 ਦੀ ਐਂਗਲ ਹੈ ਵੀਰ ਜੀ ਚੈੱਕ ਕਰ ਸਕਦੇ ਹੋ ਜੀ। ਆ ਦੇਖ ਸਕਦੇ ਹੋ ਜੀ 50 5 2 ਇੰਚ 2 ਸੂਤ ਮੋਟੀ ਐਂਗਲ ਆ ਵੀਰ ਜੀ ਕਲੱਚ ਲੋਕ ਇਸਾਈਡ ਤੇ ਵੀ ਲੱਗਿਆ ਹੋਇਆ ਹੈ ਜੀ ਟਾਇਰਾਂ ਵਾਲਾ ਕਵਰ ਵੀ ਹੈਗਾ ਜੀ ਡੀਪ ਲੇਟ ਟਾਇਰ ਤੇ 147 ਦੀ ਫੋਟੋ ਵੀ ਲੱਗੀ ਹੋਈ ਹੈ ਜੀ ਟਾਇਰਾਂ ਦੇ ਕਵਰ ਤੇ ਡੀਪ ਲੇਟ ਵੀ ਕਹਿੰਦੇ ਐ ਇਹਨੂੰ ਵੀਰ ਜੀ ਪੌੜੀ ਇੱਕ ਫਰੰਟ ਅੱਗੇ ਵੀ ਲਾਈ ਹੋਈ ਹੈ ਜੀ ਫਰੰਟ ਤੇ ਵੀ ਚੈੱਕ ਕਰ ਸਕਦੇ ਹੋ ਤੁਸੀਂ ਟਰਾਲੀ ਦੇ ਉੱਤੇ ਚੜਨ ਨੂੰ ਇੱਕ ਸਾਈਡ ਤੇ ਵੀ ਲਾਈ ਹੋਈ ਹੈ ਜੀ ਹੈਵੀ ਪੌੜੀ ਦੇਖ ਸਕਦੇ ਹੋ ਵੀਰ ਜੀ ਥੋੜਾ ਪਿੱਛੇ ਹੋ ਕੇ ਦਿਖਾਉਂਦਾ ਤੁਹਾਨੂੰ ਕੈਮਰੇ ਨਾਲ ਚੈੱਕ ਕਰੋ ਜੀ ਪੌੜੀ ਨੂੰ ਹੈਵੀ ਬਾਡੀ ਹੈ ਜੀ ਦੋ ਪੌੜੀਆਂ ਦਿੱਤੀ ਹੋਈਆਂ ਨੇ ਵੀਰ ਜੀ ਟਰਾਲੇ ਨੂੰ 14 7 ਟਰੈਲਰ ਹੈ ਜੀ ਡਬਲ ਜੈਕ ਦੇ ਵਿੱਚ ਵਜਨ ਹੈ ਵੀਰ ਜੀ 26 ਕੁੰਡਲ ਪਲੱਸ ਰੇਟ 2,30,000 ਰੁਪਏ ਹੈ ਜੀ ਅੰਬਾਲਾ ਸ਼ਹਿਰ ਪੇਵੇ ਰੋਡ ਤੇ ਆਪਣੀ ਵਰਕਸ਼ਾਪ ਹੈ ਵੀਰ ਜੀ ਵਰਕਸ਼ਾਪ ਦਾ ਨਾਮ ਹੈ ਜੀ ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਅੰਬਾਲਾ ਮੋਬਾਈਲ ਨੰਬਰ ਹੈ ਜੀ 70277 ਫੇਰ ਦੁਬਾਰਾ 77 ਹੈ ਵੀਰ ਜੀ 181 ਹੈ ਜੀ 70277 77181 ਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੇ ਦੀ ਕੋਈ ਗੱਲ ਦੱਸਣੀ ਰਹੀ ਹੋਵੇ ਵੀਰ ਜੀ ਪੁੱਛ ਸਕਦੇ ਹੋ ਫੋਨ ਕਰਕੇ WhatsApp ਤੇ ਫੋਟੋਆਂ ਤੇ ਵੀਡੀਓ ਮੰਗਾ ਸਕਦੇ ਹੋ ਟਰਾਲੇ ਦੀ ਲੁਕੇਸ਼ਰ ਮੰਗਾ ਕੇ ਫੋਨ ਤੇ ਤੁਸੀਂ WhatsApp ਤੇ ਪਹੁੰਚ ਵੀ ਸਕਦੇ ਹੋ ਆਪਣੇ ਕੋਲ ਵੀਡੀਓ ਨੂੰ ਵੀਰ ਜੀ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਜੀ ਜਰੂਰ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਜੀ ਹਰ ਰੋਜ਼ ਤੁਹਾਨੂੰ ਨਵੇਂ-ਨਵੇਂ ਟਰਾਲੇ ਦਿਖਾਉਂਦੇ ਆਂ ਜੀ ਬਹੁਤ ਸੋਹਣੀ ਲੁੱਕ ਦੇ ਵਿੱਚ ਟਰਾਲਾ ਰੈਡੀ ਹੋਇਆ ਹੈ ਜੀ ਕਲਰ ਰਾਇਲ ਬਲੂ ਹੈ ਜੀ 230000 ਰੁਪਏ ਰੇਟ ਹੈ 26 ਕੁਮੈਂਟਲ ਪਲਸ ਵਜਣਾ ਵੀਰ ਜੀ ਕਾਨੂੰ ਵੀ ਦਿਖਾਵਾਂਗੇ ਤੁਹਾਨੂੰ 2 13 ਫੁੱਟੇ ਟਰਾਲੇ ਰੈਡੀ ਹੋ ਰਹੇ ਨੇ ਵੀਰ ਜੀ ਦੋਨੋਂ 13 ਫੁੱਟੇ ਇੱਕ ਸਿੰਗਲ ਜੈਕ ਦੇ ਵਿੱਚ ਹੈ ਜੀ ਇੱਕ ਡਬਲ ਜੈਕ ਦੇ ਵਿੱਚ ਹੈ ਦੋਨਾਂ ਦਾ ਰਿਵਿਊ ਕਰਾਵਾਂਗੇ ਤੁਹਾਨੂੰ ਅੱਜ ਸ਼ਾਮ ਤੱਕ ਰੈਡੀ ਹੋ ਜਾਣਗੇ ਜੀ ਵੀਡੀਓ ਪੂਰੀ ਦੇਖਿਆ ਕਰੋ ਵੀਰ ਜੀ ਹਰ ਰੋ ਥੋਨੂੰ ਇਹੀ ਗੱਲ ਕਹਿੰਦੇ ਆਂ ਜੀ ਕੱਲੀ ਕੱਲੀ ਚੀਜ਼ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂਦੇ ਆਂ ਕੀ ਕੀ ਮਾਲ ਲਾਇਆ ਹੋਇਆ ਟਰਾਲੇ ਦਾ ਵਜ਼ਨ ਵੀ ਦੱਸਦੇ ਆਂ ਰੇਟ ਵੀ ਦੱਸਦੇ ਆਂ ਕੱਲੀ ਕੱਲੀ ਚੀਜ਼ ਵੀ ਦਿਖਾਉਂਦੇ ਆਂ ਜੀ ਕੈਮਰੇ ਨਾਲ ਕੀ ਕੀ ਮਾਲ ਹੈਵੀ ਲਾਇਆ ਹੋਇਆ ਕੀ ਕੀ ਹੌਲਾ ਮਾਲ ਲਾਇਆ ਹੋਇਆ ਹੌਲਾ ਕੋਈ ਨਹੀਂ ਹੈਗਾ ਜੀ ਆਪਣੇ ਟਰਾਲਿਆਂ ਨੂੰ ਕੱਲੀ ਕੱਲੀ ਚੀਜ਼ ਆਪਾਂ ਦਿਖਾਉਂਦੇ ਆਂ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਜੀ